ਇਹ ਤੀਰਥ ਯਾਤਰਾ ਸਕੀਮ ਪੂਰੀ ਤਰ੍ਹਾਂ ਪੈਸੇ ਦੀ ਬਰਬਾਦੀ ਹੈ ਤੇ ਪੋਲੀਟੀਕਲ ਮੋਟੀਵੇਟਿਡ ਹੈ ਯਾਨੀ ਕਿ ਸਿਰਫ ਸਿਆਸੀ ਫਾਇਦਾ ਲੈਣ ਲਈ ਤੇ 40 ਕਰੋੜ ਰੁਪਏ ਘੱਟ ਨਹੀਂ ਹੁੰਦੇ ਇਹ ਗੱਲਾਂ ਹਾਈ ਕੋਰਟ ਵੱਲੋਂ ਭਗਵੰਤ ਸਰਕਾਰ ਨੂੰ ਕਹੀਆਂ ਗਈਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ 15 ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਢੋਲ ਵਜਾ ਕੇ ਦਿੱਲੀ ਦੀ ਤਰਜ਼ ਤੇ ਇਹ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਤੇ ਕੁਝ ਦਿਨਾਂ 'ਚ ਹੀ ਇਹ ਸਕੀਮ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਦੀ ਇਸ ਸਕੀਮ ਤੇ ਸ਼ੰਕਾ ਜ਼ਾਹਰ ਕੀਤੀ ਤੇ ਭਗਵੰਤ ਸਰਕਾਰ ਤੋਂ ਇਸ ਸਕੀਮ ਨੂੰ ਲੈ ਕੇ ਜਵਾਬ ਮੰਗੇ ਨੇ ਕੋਰਟ ਨੇ ਉਹਨਾਂ ਨੂੰ ਕਿਹਾ ਸੀ ਕਿ ਹੋਰ ਬਹੁਤ ਕੰਮ ਕਰਨ ਵਾਲੇ ਨੇ ਸਿਰਫ ਤੀਰਥ ਯਾਤਰਾਵਾਂ ਕਰਾਉਣੀਆਂ ਜਿਹੜੀਆਂ ਠੀਕ ਨਹੀਂ ਹੈਗੀਆਂ ਇਹਦਾ ਕੋਈ ਰਿਜ਼ਲਟ ਨਹੀਂ ਹੈ ਕੋਈ ਡਿਵੈਲਪਮੈਂਟ ਨਹੀਂ ਇਹਦੇ ਨਾਲ ਹੁੰਦੀ ਸੋ ਕੋਰਟ ਨੇ ਜਿਸ ਤਰ੍ਹਾਂ ਪੁਆਇੰਟ ਆਊਟ ਕੀਤਾ ਕਿ ਜੇਲ੍ਹਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਉੱਥੇ ਜੋ ਕੁਛ ਕਰਨਾ ਕਰੋ ਔਰ ਖਾਸ ਕਰਕੇ ਕੋਰਟ ਨੇ ਇਸ ਗੱਲ ਦੇ ਉੱਤੇ ਸਵਾਲ ਉਠਾਇਆ ਸੀ ਕਿ ਇਸ ਮੌਕੇ 'ਤੇ ਜਿਹੜੀ ਤੀਰਥ ਯਾਤਰਾ ਕਰਾਉਣ ਵਾਲਾ ਜਿਹੜਾ ਸਕੀਮ ਹੈਗੀ ਹੈ ਇਹ ਜਚਦੀ ਨਹੀਂ ਹੈਗੀ ਅਗਲੇ ਫਾਈਨੈਂਸ਼ੀਅਲੀ ਇਹ ਕੁਛ ਕਰਨਾ ਹੋਏਗਾ ਤਾਂ ਉਹ ਵੱਖਰੀ ਚੀਜ਼ ਹੈ ਸੋ ਮਤਲਬ ਬੜਾ ਸਪਸ਼ਟ ਸੀ ਕਿ ਪੋਲੀਟੀਕਲ ਮੋਟਿਵ ਤੋਂ ਇਹ ਸਕੀਮ ਚਲਾਈ ਗਈ ਕੋਰਟ ਨੇ ਹਿੰਟ ਦੇ ਦਿੱਤਾ ਸੀ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਜਵਾਬ ਬਣਾ ਰਹੇ ਹਾਂ ਅਸੀਂ ਦੱਸਾਂਗੇ ਕਿ ਅਸੀਂ ਕਿੰਨੇ ਵਧੀਆ ਵਧੀਆ ਕੰਮ ਕੀਤੇ ਨੇ ਔਰ ਜੇ ਕੋਰਟ ਕੋਈ ਦੱਸਦੀ ਹੈ ਹੋਰ ਕਰਨ ਵਾਲਾ ਉਹ ਵੀ ਕਰ ਲਵਾਂਗੇ ਬਸ ਸਵਾਲ ਇਹ ਸੀ ਕੋਰਟ ਨੇ ਇਹ ਕਿਹਾ ਕਿ ਇਹ ਕਰਨ ਵਾਲਾ ਨਹੀਂ ਹੈਗਾ ਕੰਮ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਪੈਸਾ ਫਜ਼ੂਲ ਵੇਸਟ ਹੋ ਰਿਹਾ ਦੇਖਣ ਵਾਲਾ ਹੁੰਦਾ ਜਦੋਂ ਜਾਣੇ ਤੇ ਪਟੀਸ਼ਨ ਨੂੰ ਪਰਖਣਾ ਹੁੰਦਾ ਨਾ ਕਿ ਜੈਨੂਨ ਹੈ ਕਿ ਨਹੀਂ ਹੈ ਜਾਂ ਜੋ ਮੰਗਿਆ ਗਿਆ ਉਹ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਜਾਂ ਕਿਸੇ ਸਕੀਮ ਨੂੰ ਰੱਦ ਕਰਨਾ ਜਾਂ ਨਹੀਂ ਕਰਨਾ ਇਹ ਦੇਖਿਆ ਜਾਂਦਾ ਕਿ ਕੀ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਜਿਹੜਾ ਸਿਰਫ ਕੋਰਟ ਨੇ ਉਸ ਨੂੰ ਚੈੱਕ ਕਰਨਾ ਤੁਸੀਂ 1000 ਕੰਮ ਚੰਗੇ ਕਰਦੇ ਹੋਗੇ ਪਰ ਜੇ ਕੰਮ ਗਲਤ ਕਰਦੇ ਹੋ ਜੇ ਉਸਨੂੰ ਕੋਈ ਚੈਲੰਜ ਕਰਦਾ ਤਾਂ ਇਹ ਦੇਖਣਾ ਹੋਏਗਾ ਕਿ ਉਹ ਕੰਮ ਕਿਵੇਂ ਗਲਤ ਹੈ ਐਫੀਡੇਵਿਟ ਜਨਵਰੀ ਵਿੱਚ ਦੇਣਗੇ ਤੇ ਜਦੋਂ ਭਗਵੰਤ ਸਰਕਾਰ ਨੇ ਇਸ ਸਕੀਮ ਦਾ ਐਲਾਨ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਸਵਾਲ ਚੁੱਕੇ ਸਨ ਕਿ ਇਹ ਸਕੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਖੈਰ ਇੰਨਾ ਹੀ ਨਹੀਂ ਆਮ ਆਦਮੀ ਕਲੀਨਿਕ ਨੂੰ ਵੀ ਲੈ ਕੇਂਦਰ ਨਾਲ ਆਮ ਆਦਮੀ ਪਾਰਟੀ ਦਾ ਰੌਲਾ ਚੱਲ ਰਿਹਾ ਕੇਂਦਰ ਇਹ ਕਹਿ ਰਹੀ ਹੈ ਕਿ ਆਯੁਸ਼ਮਾਨ ਸਕੀਮ ਤਹਿਤ ਭੇਜ ਰਹੇ ਹਾਂ ਅਸੀਂ ਪੈਸਾ ਉਸ ਨੂੰ ਆਮ ਆਦਮੀ ਕਲੀਨਿਕ 'ਤੇ ਵਰਤਿਆ ਜਾ ਰਿਹਾ ਅਤੇ ਕੇਂਦਰ ਵੱਲੋਂ ਪੈਸੇ ਰੋਕੇ ਗਏ ਨੇ ਜਿਸ ਦੀ ਸੰਸਦ 'ਚ ਵੀ ਗੂੰਜ ਵੇਖਣ ਨੂੰ ਮਿਲ ਰਹੀ ਹੈ ਖੈਰ ਇਸ ਤੀਰਥ ਯਾਤਰਾ ਸਕੀਮ 'ਤੇ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ PIL ਪਾਉਣ ਵਾਲੇ ਹੁਸ਼ਿਆਰਪੁਰ ਵਾਸੀ ਪਰਵਿੰਦਰ ਸਿੰਘ ਨੇ ਇਸ ਸਕੀਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਇਸ ਪਟੀਸ਼ਨ 'ਤੇ ਅਗਲੀ ਸੁਣਵਾਈ 9 ਸਾਲ ਦੇ ਜਨਵਰੀ 'ਚ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਭਗਵੰਤ ਸਰਕਾਰ ਹੁਣ ਇਸ 'ਤੇ ਕੀ ਜਵਾਬ ਦਿੰਦੀ ਹੈ ਤੁਹਾਡਾ ਕੀ ਕੁਛ ਕਹਿਣਾ ਇਸ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ